ਪਿੰਡ ਬੱਲੇ ਸਤਿਗੁਰੂ ਮਹਾਰਾਜ ਆਉਂਦੇ ਨੇ, ਉਸ ਤੋਂ ਬਾਅਦ ਇੱਕ ਅੰਤਰ ਸੜੀਏ ਜੀ, ਅੰਬਰਸਰੀਏ ਅੰਤਰ ਸੜੀਏ। ਗੁਰੂ ਤੇਗ ਬਹਾਦਰ ਸਾਹਿਬ ਨੇ ਗੱਲ ਕਹੀ ਸੀ, ਤੁਸੀਂ ਅੰਬਰਸਰੀਏ ਨਹੀਂ, ਤੁਸੀਂ ਅੰਤਰ ਸੜੀਏ ਹੋ, ਅੰਦਰੋਂ ਸੜੇ ਹੋਏ ਲੋਕ ਹੋ ਤੁਸੀਂ। ਕਵੀ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ ਨੇ ਜੀ, ਸਤਿਗੁਰੂ ਜੀ ਬਕਾਲੇ ਤੋਂ ਅੰਮ੍ਰਿਤਸਰ ਵੱਲ ਚੱਲੇ, ਮੱਖਣ ਸ਼ਾਹ ਜੀ ਸੀ ਜਿਹੜੇ ਉਹ ਸਾਥੀਆਂ ਸਮੇਤ ਨਾਲ ਹੀ ਆ ਰਹੇ ਸੀ। ਮੱਖਣ ਸ਼ਾਹ ਉੱਥੇ ਕਾਫੀ ਸਮਾਂ ਰਹੇ, ਉਡੀਕਦੇ ਰਹੇ। ਗੁਰੂ ਤੇਗ ਬਹਾਦਰ ਸਾਹਿਬ ਤਾਂ ਉਡੀਕ ਕੇ ਆ ਗਏ, ਪਰ ਉੱਥੇ ਮੱਖਣ ਸ਼ਾਹ ਜੀ ਹਰਿਮੰਦਰ ਸਾਹਿਬ ਹੀ ਰਹੇ। ਮੱਖਣ ਸ਼ਾਹ ਲਵਾਣਾ ਜੀ ਨੇ ਬੜੀ ਝਾੜ ਪਾਈ ਉਹਨਾਂ ਪੁਜਾਰੀਆਂ ਨੂੰ। ਇੱਥੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਹ ਲਿਖਦੇ ਨੇ, ਸ਼੍ਰੀ ਗੁਰਕਾਰਨ ਕਰਨ ਕਿਰਪਾਲ, ਗੁਰੂ ਦਰਬਾਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸੀ, ਚੱਲ ਕਰ ਆਏ ਕਰਨ ਨਿਹਾਲ। ਉਹ ਤੁਹਾਨੂੰ ਦਰਸ਼ਨ ਦੇਣ ਵਾਸਤੇ, ਨਿਹਾਲ ਕਰਨ ਵਾਸਤੇ ਚੱਲੇ ਸੀ ਨਾ। ਤੂੰ ਬੇਮੁੱਖ ਹੋਏ ਦੁਰੇ ਕਰਨ ਮੈਂ, ਤੁਸੀਂ ਬੇਮੁੱਖ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਲੰਮਾ ਸਮਾਂ ਬਹਿ ਕੇ ਮੁੜ ਗਏ, ਤੁਸੀਂ ਦਰਵਾਜ਼ਾ ਖੋਲ੍ਹਿਆ ਨਹੀਂ। ਮੱਖਣ ਸ਼ਾਹ ਜੀ ਝਾੜ ਲਵਾਣਾ ਜੀ ਨੇ, ਜਿਹੜੇ ਮੱਖਣ ਸ਼ਾਹ ਲਵਾਣਾ ਜੀ, ਉਹਨਾਂ ਨੂੰ ਇਹ ਝਾੜ ਪਾ ਰਹੇ ਨੇ ਵੀ ਤੁਸੀਂ ਕਰਿਆ ਕੀ ਆ ਭਾਈ। ਨੈ ਦਰਸ਼ਨ ਕੀਨਸ ਤਿਸ ਛਿਨਮੈ, ਤੁਸੀਂ ਛਿਨ ਮਾਤਰ ਵੀ ਦਰਸ਼ਨ ਨਹੀਂ ਕੀਤਾ। ਅਬ ਭੀ ਜਾਹੋ ਜਾਚਨਾ ਕਰੋ, ਹਿਰਦੈ ਦੁਸ਼ਟਤਾ ਸਗਰੀ ਹਰੋ। ਹੁਣ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੱਲੇ ਨਗਰ ਵਿੱਚ ਠਹਿਰੇ ਹੋਏ ਨੇ, ਮੱਖਣ ਸ਼ਾਹ ਜੀ ਕਹਿੰਦੇ ਭੁੱਲ ਬਖਸ਼ਾ ਲਓ, ਦੁਸ਼ਟੋ ਤੁਸੀਂ ਬਹੁਤ ਭੈੜਾ ਕਰਮ ਕੀਤਾ, ਤੁਸੀਂ ਭੁੱਲ ਬਖਸ਼ਾ ਲਓ। ਅੱਗੇ ਜਿਹੜੇ ਇਹ ਮਸੰਦ ਸੀ, ਪੁਜਾਰੀ ਸੀ, ਉਹਨਾਂ ਨੇ ਸੋਚਿਆ ਕਿ ਗੱਲ ਜਿਹੜੇ ਮੱਖਣ ਸ਼ਾਹ ਲਵਾਣਾ ਜੀ ਸੀ, ਜੇ ਮੱਖਣ ਸ਼ਾਹ ਲਵਾਣੇ ਦੀ ਗੱਲ ਅਸੀਂ ਨਾ ਮੰਨੀ ਤਾਂ ਕਿਤੇ ਸਾਡੇ ਨਾਲ ਵਿਗੜ ਨਾ ਜਾਣ, ਹੁਣ ਇਹ ਸਾਡਾ ਹਾਲ, ਕਿਤੇ ਸਾਡਾ ਹਾਲ ਉਹ ਨਾ ਹੋਵੇ ਜੋ ਹਾਲ ਧੀਰ ਮੱਲੀਆਂ ਦਾ ਹੋਇਆ ਸੀ। ਇਹ ਪੁਜਾਰੀ ਸ਼੍ਰੇਣੀ ਸੀ ਜਿਹੜੀ ਇੱਥੇ ਮਸੰਤ ਸੀ, ਜਿਹੜੇ ਮੱਖਣ ਸ਼ਾਹ ਦੇ ਨਾਲ ਤੁਰੇ, ਕੁਝ ਭੇਟਾਵਾਂ ਵੀ ਨਾਲ ਲੈ ਆਏ, ਪਰ ਮਨ ਵਿੱਚ ਖੋਟ ਲੁਕਿਆ ਪਿਆ ਸੀ ਇਹਨਾਂ ਦੇ। ਕਵੀ ਸੰਤੋਖ ਸਿੰਘ ਜੀ ਉਹਨਾਂ ਲਫਜ਼ਾਂ ਨੂੰ ਇਸ ਤਰ੍ਹਾਂ ਲਿਖਦੇ ਨੇ, ਨੈ ਮਸੰਤ ਤੁਮ ਅੰ ਇੱਥੇ ਜਿਹੜਾ ਗੁਰੂ ਸਾਹਿਬ ਨੇ ਇਹਨਾਂ ਨੂੰ ਵਚਨ ਕੀਤਾ ਸੀ ਜੀ, ਅੰਮ੍ਰਿਤਸਰੀਆਂ ਨੂੰ ਜਿਹੜੇ ਮਸੰਦ ਸੀ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਨਹਿ ਮਸੰਤਮ ਅੰਮ੍ਰਿਤਸਰੀਏ, ਤੁਸੀਂ ਸੱਚੇ ਅਤੇ ਸੁੱਚੇ ਮਸੰਦ ਨਹੀਂ ਅੰਮ੍ਰਿਤਸਰੀਓ। ਮਹਾਰਾਜ ਕਹਿੰਦੇ ਤ੍ਰਿਸ਼ਨਾ ਅਤੇ ਅੰਤਰ ਸੜੀਏ, ਤ੍ਰਿਸ਼ਨਾ ਦੀ ਅੱਗ ਵਿੱਚ ਤੁਸੀਂ ਅੰਦਰੋਂ ਸੜੇ ਹੋਏ ਲੋਕ ਹੋ। ਮੱਖਣ ਸ਼ਾਹ ਲਵਾਣਾ ਜੀ ਇਹਨਾਂ ਨੂੰ ਨਾਲ ਲੈ ਕੇ ਆਉਂਦੇ ਨੇ, ਪਰ ਗੁਰੂ ਉਹਨਾਂ ਦੇ ਖੋਟ ਨੂੰ ਬੁੱਝ ਗਿਆ ਵੀ ਇਹਨਾਂ ਦੇ ਅੰਦਰ ਖੋਟ ਕੀ ਆ, ਗੁਰੂ ਕਿਰਪਾਲੂ ਆ ਜੀ, ਗੁਰੂ ਅੰਤਰਜਾਮੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਗੱਲ ਕਿਉਂ ਕਹੀ ਸੀ ਆਪਾਂ ਜਾਣਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਕਿੰਨੇ ਅਥਾਹ ਪਿਆਰ ਨਾਲ ਉੱਥੇ ਅੰਮ੍ਰਿਤਸਰ ਜਾਂਦੇ ਨੇ, ਪਰ ਇਹਨਾਂ ਅੰਮ੍ਰਿਤਸਰ ਦੇ ਪੁਜਾਰੀਆਂ ਨੇ ਦਰਵਾਜ਼ੇ ਨਹੀਂ ਖੋਲ੍ਹੇ ਗੁਰੂ ਨੂੰ। ਮਹਾਰਾਜ ਕਹਿੰਦੇ ਤੁਸੀਂ ਅੰਮ੍ਰਿਤਸਰੀਏ ਨਹੀਂ, ਤੁਸੀਂ ਅੰਤਰ ਸੜੀਏ ਹੋ, ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਹੋ, ਤੁਸੀਂ ਹਰਿਮੰਦਰ ਸਾਹਿਬ ਦੇ ਮਸੰਦ ਸੇਵਾਦਾਰ ਨਹੀਂ। ਮਹਾਰਾਜ ਕਹਿੰਦੇ ਤੁਸੀਂ ਤ੍ਰਿਸ਼ਨਾ ਦੀ ਅੱਗ ਅੰਦਰ ਵਿੱਚ ਸੜੇ ਹੋਏ ਹੋ, ਮਸੰਦਾਂ ਦਾ ਜਿਹੜਾ ਖੋਟ ਉਗੜ ਕੇ ਵੇਖ ਕੇ ਜਦੋਂ ਸਾਹਮਣੇ ਆਉਂਦਾ, ਇਹ ਵਾਪਸ ਆਉਂਦੇ ਨੇ ਜੀ ਮਸੰਦ, ਗੁਰੂ ਸਾਹਿਬ ਤੋਂ ਖਿਮਾ ਮੰਗਦੇ ਨੇ, ਪਾਤਸ਼ਾਹ ਜੀ ਫਿਰ ਵੀ ਬਖਸ਼ ਦਿੰਦੇ ਨੇ।